ਇਹ ਜ਼ਿੰਦਗੀ ਦੇ ਨਿੱਕੇ ਨਿੱਕੇ ਜਿਹੜੇ ਘਟਨਾਵਾਂ ਨੇ, ਸਵਾਦ ਨੇ, ਨਿੱਕੇ ਨਿੱਕੇ ਪਲ ਬਣੇ ਨੇ, ਕੰਮ ਨੇ, ਉਹਨਾਂ ਨੂੰ ਸੈਲੀਬ੍ਰੇਟ ਕਰਦੀ ਹੈ, ਜ਼ਿੰਦਗੀ ਦੇ ਛੋਟੇਪਨ ਨੂੰ ਸੈਲੀਬ੍ਰੇਟ ਕਰਦੀ ਹੈ। ਇਸ ਬੁੱਕ ਵਿੱਚ ਦਿੱਲੀ ਬੇਸਡ ਪੇਂਟਰ ਸਿਧਾਰਥ ਨੇ ਆਪਣੇ ਸਕੈਚ ਬਣਾਏ ਨੇ। ਮੈਨੂੰ ਲੱਗਦਾ ਕਿ ਮੈਂ ਆਪਣੀ ਲੇਖਣੀ ਨਾਲ ਕੁਛ ਸੁਧਾਰ ਨਹੀਂ ਕਰ ਸਕਾਂਗਾ, ਮੈਂ ਤਾਂ ਸਿਰਫ ਜਿਵੇਂ ਮਹਿਸੂਸ ਕਰਦਾ ਕਿ ਜੇ ਮੇਰੀ ਨਜ਼ਮ ਜਾਂ ਕੋਈ ਵਾਕ ਪੜ੍ਹ ਕੇ ਕਿਸੇ ਨੂੰ ਡੁੱਬਦਾ ਚੜ੍ਹਦਾ ਸੂਰਜ ਸੋਹਣਾ ਲੱਗਣ ਲੱਗ ਜਾਏ, ਥੋੜ੍ਹਾ ਜਿਹਾ ਹੋਰ ਜਿਉਣ ਲੱਗ ਜਾਣ, ਹੱਸਦੇ ਬੱਚੇ ਚੰਗੇ ਲੱਗਣ ਲੱਗ ਪੈਣ, ਤਾਂ ਮੈਂ ਸਮਝਾਂਗਾ ਮੇਰੀ ਮੈਂ ਥੋੜ੍ਹਾ ਬਹੁਤ ਆਪਣੇ ਜੋ ਕਹਿ ਰਿਹਾ ਉਹਦੇ 'ਚ ਸਫਲ ਹਾਂ। ਬਾਕੀ ਸਮਾਜ ਸੁਧਾਰ, ਕ੍ਰਾਂਤੀ, ਮੈਨੂੰ ਨਹੀਂ ਲੱਗਦਾ ਮੇਰੀ ਕਵਿਤਾ ਉਹਦੇ 'ਚ ਉਹਨਾਂ ਉਹਦੀ ਸ਼ਕਤੀ ਜਾਂ ਬਲ ਹੈ। ਮੈਂ ਜ਼ਿੰਦਗੀ ਦੀ ਸਧਾਰਨਤਾ ਨੂੰ ਸੈਲੀਬ੍ਰੇਟ ਕਰ। ਨਵੀਂ ਧਰਤੀ ਨੂੰ ਵੇਖਣ ਦੀ ਚਾਹ ਰੱਖਣ ਵਾਲੇ ਨਵਤੇਜ ਭਾਰਤੀ 1968 ਵਿੱਚ ਵਿਦੇਸ਼ ਚਲੇ ਗਏ ਸਨ। ਮੈਂ ਜੀ 1968 ਵਿੱਚ ਗਿਆ ਸੀ, ਮੈਂ ਇੱਥੇ ਖਾਲਸਾ ਕਾਲਜ ਵਿੱਚ ਲੁਧਿਆਣੇ ਲੈਕਚਰ ਸੀ, ਉੱਥੇ ਮੇਰੀ ਕੋਈ ਚਾਹ ਨਹੀਂ, ਜਸ ਮੈਂ ਨਵੀਂ ਧਰਤੀ ਨੂੰ ਵੇਖਣ ਦਾ ਹੀ ਚਾਹ ਸੀ, ਸੋ ਚਾਹ ਲੰਬਾ ਹੋ ਗਿਆ। ਆਪਣੇ ਸ਼ਹਿਰ ਪਟਿਆਲਾ ਬਾਰੇ ਗੱਲ ਕਰਦੇ ਨਵਤੇਜ ਭਾਰਤੀ ਨੇ ਬੜੇ ਹੀ ਖੂਬਸੂਰਤ ਲਫ਼ਜ਼ਾਂ ਵਿੱਚ ਕਿਹਾ, ਇੱਕ ਲਾਈਨ ਯਾਦ ਹੈ, ਵਸਦਾ ਰਹੇ ਨਗਰ ਪਟਿਆਲਾ ਫਕੀਰਾਂ ਨੂੰ ਬੈਠਣ ਲਈ ਥਾਂ ਦਿੰਦਾ। ਪਰ ਦੇਸ਼ ਵਿੱਚ ਰਹਿੰਦੇ ਹੋਏ ਵੀ ਉਹ ਆਪਣੇ ਪੰਜਾਬ ਨੂੰ ਮਿਸ ਕਰਦੇ ਨੇ। ਪਹਿਲੇ ਕੁਛ ਸਾਲ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਸੀ ਜਿਵੇਂ ਐਤਕੀ ਹੋਇਆ, ਮੈਨੂੰ ਪਤਾ ਨਹੀਂ ਇਹਦਾ ਸੰਬੰਧ ਉਮਰ ਨਾਲ ਹੈ ਜਾਂ ਇਹਦਾ ਕੋਈ ਕਾਰਨ ਹੋਰ ਹੈ, ਮੈਨੂੰ ਉਹ ਵੀ ਧਰਤੀ ਉੱਪਰੀ ਨਹੀਂ ਲੱਗਦੀ, ਪਰ ਇਹ ਧਰਤੀ ਵਧੇਰੇ ਆਪਣੀ ਲੱਗਦੀ ਹੈ, ਉੱਪਰੀ ਉਹ ਵੀ ਨਹੀਂ। ਮੈਂ ਉੱਥੇ ਬਹੁਤ ਇੰਜੋਏ ਕੀਤਾ ਲਾਈਫ ਨੂੰ, ਬਹੁਤ ਕੁਛ ਲਰਨ ਕੀਤਾ, ਉੱਥੋਂ ਦੀ ਬਰਫ਼ ਦੇਖੀ ਹੈ, ਸਮੁੰਦਰ ਦੇਖੇ ਹੈ, ਨਦੀਆਂ, ਪਹਾੜ, ਅਬੰਡੈਂਸ ਆਫ ਥਿੰਗਸ, ਉਹ ਸਭ ਕੁਛ ਮਾਣਿਆ ਮੈਂ ਉੱਥੇ, ਪਰ ਕੋਈ ਚੀਜ਼ ਮਿਸਿੰਗ ਹੈ, ਕੋਈ ਚੀਜ਼ ਦੀ ਕੋਈ ਥੋੜ੍ਹਾ ਹੈ, ਕੋਈ ਚੀਜ਼ ਘਾਟ ਹੈ ਜਿਹੜੀ ਇੱਥੇ ਆ ਕੇ ਪੂਰੀ ਹੁੰਦੀ ਹੈ, ਅਤੇ ਜਿਹਦੇ ਬਾਰੇ ਤੁਸੀਂ 3 ਪੁਆਇੰਟ ਸ਼ਬਦ ਨਹੀਂ ਤੁਸੀਂ ਦੱਸ ਸਕਦੇ ਉਹ ਕੀ ਚੀਜ਼ ਹੈ। Ultimately, this Canada-based NRI believes in simple living, high thinking. Patiala to Manoj Sharma de naal, Inderjeet Kaur, Day and Night News. ਪੰਜਾਬੀਆਂ ਦੀ ਮਾਂ ਖੇਡ ਕਬੱਡੀ ਪਿੰਡਾਂ ਵਿਚੋਂ ਨਿਕਲ ਕੇ ਵਿਦੇਸ਼ੀ ਧਰਤੀ ਤੇ ਜਾ ਪਹੁੰਚੀ ਹੈ। ਅਣਖਾਂ ਦੇ ਸਿਰਨਾਵੇਂ ਦਾਸੀ ਕਬੱਡੀ ਨੂੰ ਕੱਖਾਂ ਤੋਂ ਲੱਖਾਂ ਅਤੇ ਹੁਣ ਲੱਖਾਂ ਤੋਂ ਕਰੋੜਾਂ ਦੀ ਬਣਾਉਣ ਦਾ ਸਿਹਰਾ ਪੰਜਾਬੀ NRIs ਦੇ ਸਿਰ ਵੱਜਦਾ ਹੈ। ਰੋਜ਼ੀ ਰੋਟੀ ਖਾਤਰ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੇ ਆਪਣੀ ਇਸ ਮਾਂ ਖੇਡ ਨੂੰ ਕਦੇ ਮਨੋਂ ਨਹੀਂ ਵਸਾਰਿਆ। ਕਬੱਡੀ ਨਾਲ ਪੰਜਾਬੀਆਂ ਦੇ ਮੋਹ ਨੇ ਤਾਂ ਫੋਰਨਰਸ ਨੂੰ ਵੀ ਕਬੱਡੀ ਖੇਡਣ ਲਾ ਦਿੱਤਾ ਹੈ, ਤੇ ਹੁਣ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇਕ ਅਜਿਹੇ ਹੀ NRI ਪੰਜਾਬੀ ਨਾਲ ਜੋ ਕਦੇ ਵੀ ਕਬੱਡੀ ਨੂੰ ਆਪਣੇ ਦਿਲ ਤੋਂ ਦੂਰ ਕਰ ਹੀ ਨਹੀਂ ਸਕੇ। ਸੋ ਲੈਟਸ ਮੀਟ ਸੰਤੋਖ ਸਿੰਘ ਢੇਸੀ। ਵਿਦੇਸ਼ਾਂ 'ਚ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀਆਂ ਦਾ ਜਦੋਂ ਕਦੇ ਜ਼ਿਕਰ ਚੱਲਦਾ ਤਾਂ ਜਲੰਧਰ ਦੇ ਪਿੰਡ ਬੱਛੋਵਾਲ ਦੇ ਕਬੱਡੀ ਪ੍ਰੇਮੀ ਸੰਤੋਖ ਸਿੰਘ ਢੇਸੀ ਦਾ ਨਾਮ ਆਪ ਮੁਹਾਰੇ ਹੀ ਬੁੱਲਾਂ ਤੇ ਆ ਜਾਂਦਾ ਹੈ। ਸਾਲ 1971 'ਚ ਰੋਜ਼ੀ ਰੋਟੀ ਖਾਤਰ ਕੈਨੇਡਾ ਜਾ ਵਸੇ ਸੰਤੋਖ ਸਿੰਘ ਢੇਸੀ ਨੇ ਬਚਪਨ 'ਚ ਕਬੱਡੀ ਖੇਡੀ, ਕਬੱਡੀ ਨੂੰ ਆਪਣੇ ਦਿਲ ਵਿਚ ਜ਼ਿੰਦਾ ਰੱਖਿਆ। ਮੈਂ ਇੱਥੇ ਹਾਇਰ ਸੈਕੰਡਰੀ ਕਰਕੇ ਉੱਥੇ ਕੋਆਪਰੇਟਿਵ ਮਹਿਕਮੇ ਦੇ ਵਿੱਚ ਐਜ਼ ਅ ਸਬ ਇੰਸਪੈਕਟਰ ਔਰ 1.5 ਸਾਲ ਕੰਮ ਕਰਨ ਤੋਂ ਬਾਅਦ 1971 ਦੇ ਵਿੱਚ ਕੈਨੇਡਾ ਚਲਾ ਗਿਆ ਸੀਗਾ। ਕਬੱਡੀ ਦਾ ਮੈਨੂੰ ਸਕੂਲ ਦੇ ਵਿੱਚ ਵੀ ਸ਼ੌਕ ਸੀਗਾ ਤੇ ਨਾਲ ਨਾਲ ਸਕੂਲ ਤੋਂ ਬਾਅਦ ਚਾਂਸ ਨਾ ਮਿਲਦਾ ਕਰਕੇ ਮੈਨੂੰ ਬਾਹਰ ਛੇਤੀ ਜਾਣਾ ਪਿਆ, ਤੇ ਇਸ ਲਈ ਆਪਣੇ ਇਹ ਜਿਹੜੀ ਕਬੱਡੀ ਦਾ ਸ਼ੌਕ ਸਾਨੂੰ ਉੱਥੇ ਕੈਨੇਡਾ ਦੇ ਵਿੱਚ ਵੀ ਜਾ ਕੇ ਅਸੀਂ ਉਸ ਸ਼ੌਕ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਸੰਤੋਖ ਸਿੰਘ ਢੇਸੀ ਉਹਨਾਂ ਕਬੱਡੀ ਪ੍ਰਮੋਟਰਸ 'ਚੋਂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ 1975 'ਚ ਕੈਨੇਡਾ ਵਿਖੇ ਕਬੱਡੀ ਦੇ ਮੈਚ ਕਰਵਾਏ। ਦੇਸ਼ਾਂ ਦੇ ਵਿੱਚ ਅਸੀਂ ਇਹ ਕਬੱਡੀ ਜਿਹੜੀ ਹੈਗੀ ਆ 1975 ਦੇ ਵਿੱਚ ਸ਼ੁਰੂ ਕੀਤੀ ਸੀਗੀ, ਤੇ ਉਸ ਵੇਲੇ ਆਪਣੇ ਤੁਸੀਂ ਜਾਣਦੇ ਨੇ ਤੇ ਕਾਫੀ ਮਸ਼ਹੂਰ ਆਪਣੇ ਪਲੇਅਰ ਗਏ ਹੈਗੇ ਆ, ਇਹ ਹਕੀਮਪੁਰ ਤੋਂ 3 ਭਰਾ ਤੇ ਇੱਥੇ ਆਪਣੇ ਸ਼ੰਕਰ ਤੋਂ ਆਪਣੇ ਕਾਫੀ ਕਾਫੀ ਪਲੇਅਰ ਸੀ। 1975 ਦੇ ਵਿੱਚ ਸ਼ੁਰੂ ਕੀਤੀ ਕਬੱਡੀ ਦੀ। ਕੈਨੇਡਾ ਵਿੱਚ ਵਸਦੇ ਪੰਜਾਬੀ NRIs ਵੱਲੋਂ ਕਬੱਡੀ ਨੂੰ ਦਿੱਤੇ ਗਏ ਹੁੰਗਾਰੇ ਨੇ ਉਨ੍ਹਾਂ ਦੇ ਹੌਸਲੇ ਹੋਰ ਮਜ਼ਬੂਤ ਕਰ ਦਿੱਤੇ। ਉਨ੍ਹਾਂ ਨੇ ਕਬੱਡੀ ਪ੍ਰਤੀ ਫੋਰਨਰਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਸਥਾ ਦਾ ਗਠਨ ਵੀ ਕੀਤਾ ਤੇ ਕੈਨੇਡਾ ਦੇ ਮਸ਼ਹੂਰ ਸ਼ਹਿਰਾਂ 'ਚ ਕਬੱਡੀ ਟੂਰਨਾਮੈਂਟਸ ਕਰਵਾਏ। ਉੱਥੇ ਦੀ ਜਿਹੜੀ ਗੌਰਮੈਂਟ ਹੈਗੀ ਇਸ ਵੇਲੇ ਉਹ ਕਾਫੀ ਉਤਸ਼ਾਹਿਤ ਕਰ ਰਹੀ ਹੈ, ਜਿਹਦਾ ਹੁਣ ਇਹ ਦੁਨੀਆਂ ਦੇ ਵਿੱਚ
ਪਹਿਲਾਂ ਹੀ ਇੱਕ ਹੈਗਾ ਕਬੱਡੀ ਜਿਹੜੀ ਹੈਗਾ ਗਰਾਊਂਡ ਆ, ਜਿਹੜੀ ਸਰਕਸ ਸਟਾਈਲ ਦੀ ਕਬੱਡੀ ਦੀ ਗਰਾਊਂਡ ਇੱਕੋ ਇੱਕ ਗਰਾਊਂਡ ਹੈਗੀ ਜਿਹੜੀ ਸ੍ਰੀ ਅਫਸਰੀ ਦੇ ਵਿੱਚ ਹੈਗੀ ਆ, ਜਿਹੜੀ ਉੱਥੇ ਦੀ ਜਿਹੜੀ ਆਪਣੀ ਮਿਊਂਸੀਪਲ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਸਾਨੂੰ 2000 ਮੇਰਾ ਖਿਆਲ 2004 ਦੇ ਵਿੱਚ ਇਹ ਬਣਾ ਕੇ ਦਿੱਤੀ ਸਾਨੂੰ। ਸੰਤੋਖ ਸਿੰਘ ਢੇਸੀ ਨੇ ਦਸਿਆ ਕਿ ਕਬੱਡੀ ਨੂੰ ਕੈਨੇਡਾ ਵਿਚ ਮਿਲੇ ਹੁੰਗਾਰੇ ਤੋਂ ਬਾਅਦ ਉਨ੍ਹਾਂ ਨੇ ਸਾਲ 1980 ਚ ਟੋਰਾਂਟੋ ਵਿਖੇ ਵਰਲਡ ਕਬੱਡੀ ਕੱਪ ਕਰਵਾਇਆ, ਜਿਸ ਵਿਚ ਇੰਡੀਆ, ਯੂਕੇ, ਅਮਰੀਕਾ ਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਨੇ ਹਿੱਸਾ ਲਿਆ। ਪਹਿਲਾਂ ਅਸੀਂ 1975 ਵਿਚ ਸ਼ੁਰੂ ਕੀਤੀ, ਉਸ ਤੋਂ ਬਾਅਦ ਕਬੱਡੀ ਕਾਫੀ ਪ੍ਰਫੁਲਤ ਹੋਈ ਤੇ 1981 ਦੇ ਵਿਚ ਪਹਿਲਾ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਅਸੀਂ ਕਰਵਾਇਆ, ਜਿਹਦੇ ਵਿਚ ਪਾਕਿਸਤਾਨ, ਇੰਡੀਆ, ਇੰਗਲੈਂਡ ਤੇ ਅਮਰੀਕਾ ਤੇ ਕੈਨੇਡਾ ਦੀ ਟੀਮਾਂ ਨੇ ਭਾਗ ਲਿਆ। ਇਸ ਕਬੱਡੀ ਕੱਪ ਤੋਂ ਬਾਅਦ ਇੰਡੀਆ ਦੀਆਂ ਕਬੱਡੀ ਟੀਮਸ ਵੱਲੋਂ ਵਿਦੇਸ਼ਾਂ 'ਚ ਕਬੱਡੀ ਖੇਡਣ ਦਾ ਸਿਲਸਿਲਾ ਆਮ ਹੋ ਗਿਆ। ਕੈਨੇਡਾ ਵਿੱਚ ਕਬੱਡੀ ਨੂੰ ਪ੍ਰਫੁਲਿਤ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਤੋਖ ਸਿੰਘ ਢੇਸੀ ਨੇ ਸਾਲ 2004 'ਚ ਆਪਣੇ ਪਿਤਾ ਬਾਬਾ ਹੰਸਾ ਸਿੰਘ ਦੇ ਨਾਮ 'ਤੇ ਕਬੱਡੀ ਅਕੈਡਮੀ ਦਾ ਗਠਨ ਕਰਕੇ ਆਪਣੇ ਪਿੰਡ ਬੱਛੋਵਾਲ ਵਿਖੇ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ। ਕਬੱਡੀ ਦੇ ਵਿੱਚ ਆਪਣੇ ਇਹ ਮੇਰੇ ਫਾਦਰ ਜੀ ਹੁਣ 2004 ਦੇ ਵਿੱਚ ਪਾਸ ਆਊਟ ਹੋ ਗਏ ਸੀਗੇ ਤੇ ਉਹਨਾਂ ਦੇ ਨਾਂ 'ਤੇ, ਕਿਉਂਕਿ ਮੈਨੂੰ ਸ਼ੌਕ ਸੀਗਾ, ਮੈਂ ਉਹਨਾਂ ਦੇ ਨਾਂ 'ਤੇ ਇੱਕ ਸਪੋਰਟਸ ਐਂਡ ਕਲਚਰ ਜਿਹੜੀ ਹੈਗੀ ਆ ਉਹ ਬਿਲਡਿੰਗ ਦੀ ਉਸਾਰੀ ਕੀਤੀ ਹੈਗੀ, ਜਿਹਦੇ ਉੱਤੇ ਤਕਰੀਬਨ 1 ਕਰੋੜ ਤੋਂ ਉੱਪਰ ਜਿਹੜਾ ਹੈਗਾ ਇਹ ਪੈਸਾ ਖਰਚ ਕੀਤਾ ਦੇ ਨਾਲ ਉਹਨਾਂ ਦੇ ਨਾਂ 'ਤੇ ਹੀ ਇੱਥੇ ਆਪਣੇ ਕਬੱਡੀ ਦੀ ਅਕੈਡਮੀ ਚਲਾਈ ਹੈਗੀ, ਜਿਹੜੀ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਆ ਉਹਦੇ ਵਿੱਚ ਖੇਡਦੀ ਹੈਗੀ। ਕਬੱਡੀ ਦੇ ਨਾਂ 'ਤੇ ਕੀਤੀ ਜਾਂਦੀ ਕਬੂਤਰਬਾਜ਼ੀ ਬਾਰੇ ਵੀ ਸੰਤੋਖ ਸਿੰਘ ਢੇਸੀ ਨੇ ਕਿਹਾ ਕਿ ਕੁਝ ਪ੍ਰਮੋਟਰਸ ਦੇ ਕਾਰਨ ਕਬੱਡੀ ਨੂੰ ਪ੍ਰਫੁਲਿਤ ਕਰਨ ਵਾਲਿਆਂ 'ਤੇ ਧੱਬਾ ਲੱਗ ਰਿਹਾ, ਜਿਸ ਕਾਰਨ ਇਹ ਵਰਤਾਰਾ ਬੇਹੱਦ ਸ਼ਰਮਨਾਕ ਹੈ। ਜਿਹੜੀ ਕਬੂਤਰਬਾਜ਼ੀ ਹੈ ਕਬੱਡੀ ਦੇ ਨਾਂ 'ਤੇ, ਮੈਂ ਤਾਂ ਹਜੇ ਤੱਕ ਇਹ ਗੱਲ ਜਿੱਦਾਂ ਵੀ ਮੈਂ 100% ਨਹੀਂ ਕਹਿ ਸਕਦਾ, ਪਰ ਨਾਲ ਦੀ ਨਾਲ ਹੋ ਸਕਦਾ ਹੁੰਦੀ ਹੋਵੇ, ਪਿਛਲੇ ਸਾਲ ਕਾਫੀ ਇਹ ਪ੍ਰੋਬਲਮ ਸਾਨੂੰ ਆਈ ਹੈਗੀ ਆ। ਜਿੱਦਾਂ ਸਾਡੀ ਵੈਨਕੂਵਰ ਕਬੱਡੀ ਕਲੱਬ ਦਾ ਇਹ ਇੱਕ ਜਿੰਨੇ ਵੀ ਪਲੇਅਰ ਜਾਏ ਹੈਗੇ ਆ, ਅੱਜ ਤੱਕ ਸਾਡੇ ਆਪਣੇ ਅਸੀਂ ਆਪਣਾ ਮਨ ਤਾਂ ਨਹੀਂ ਕਹਿ ਸਕਦੇ ਹਾਂ ਵੀ ਅੱਜ ਤੱਕ ਜਿੰਨੇ ਪਲੇਅਰ ਗਏ ਆ ਉਨੇ ਵਾਪਸ ਆਏ ਆ, ਪਰ ਨਾਲ ਦੀ ਨਾਲ ਪਿਛਲੇ ਸਾਲ ਇਹ ਕਾਫੀ ਇਹ ਗੱਲਾਂ ਸੁਣਦੀਆਂ ਵੀ ਆਪਣੇ 100 ਹੁਣ ਕਹਿੰਦੇ ਆ ਵੀ 126 ਬੰਦੇ ਜਿਹੜੇ ਗਏ ਸੀ ਕਬੱਡੀ ਦੇ ਨਾਂ 'ਤੇ ਉਹ ਆਪਣੇ ਨਹੀਂ ਵਾਪਸ ਆਏ, ਸੋ ਇਹਦਾ ਮਤਲਬ ਜ਼ਰੂਰ ਹੁੰਦੀ ਹੋਣੀ ਹੈ। ਪੰਜਾਬ ਬਾਰੇ ਪੁੱਛੇ ਜਾਣ ਤੇ ਸੰਤੋਖ ਸਿੰਘ ਢੇਸੀ ਨੇ ਕਿਹਾ ਕਿ ਪੰਜਾਬ ਨਾਲ ਉਨ੍ਹਾਂ ਦਾ ਰਿਸ਼ਤਾ ਹਮੇਸ਼ਾ ਮਾਂ ਵਾਲਾ ਰਹੇਗਾ, ਬੇਸ਼ੱਕ ਉਨ੍ਹਾਂ ਨੂੰ ਵਿਦੇਸ਼ਾਂ 'ਚ ਰਹਿੰਦਿਆਂ ਲੰਮਾ ਸਮਾਂ ਹੋ ਗਿਆ, ਪਰ ਉਹ ਪੰਜਾਬ 'ਚ ਆਪਣੇ ਪਿੰਡ, ਆਪਣੇ ਦੋਸਤਾਂ ਨਾਲ ਵਕਤ ਬਿਤਾਉਣ ਦਾ ਮੌਕਾ ਕਦੇ ਨਹੀਂ ਗੁਆਉਂਦੇ। ਪਿਛਲੇ 2 ਸਾਲ ਮੈਂ ਤੋਂ ਆ ਰਹੀ ਹੋਇਆ, ਇੱਦਾਂ ਲੱਗਦਾ ਸੀ ਵੀ ਆਪਣੇ ਇਹ ਜਿੱਦਾਂ ਕੋਈ ਚੀਜ਼ ਮਿਸ ਹੁੰਦੀ ਹੈਗੀ ਆ, ਤੇ ਹੁਣ ਹਰ ਇੱਕ ਇਨਸਾਨ ਜਿਹੜਾ ਆਪਣੀ ਧਰਤੀ ਨੂੰ ਨਾਲ ਆਪਣੇ ਬੱਚਿਆਂ ਨੂੰ ਵੀ ਮੈਂ ਇਹ ਕਹਿੰਦਾ ਹੁੰਦਾ ਵੀ ਆਪਣੀ ਧਰਤੀ ਨੂੰ ਨਹੀਂ ਅਸੀਂ ਇੱਥੇ ਆਪਣੇ ਮੇਰੀ ਜ਼ਮੀਨ ਹੈਗੀ ਅਤੇ ਆਪਣੇ ਇਹ ਜਿਹੜੀ ਕਲੱਬ ਬਣਾਈ ਹੈਗੀ ਆ ਸਾਡੇ ਡੈਡੀ ਜੀ ਦੇ ਨਾਂ 'ਤੇ, ਉਹ ਇੱਕ ਇਹੀ ਰੀਜ਼ਨ ਹੈ ਵੀ ਆਪਣੇ ਸਾਡਾ ਲਿੰਕ ਜਿਹੜਾ ਆ ਪੰਜਾਬ ਦੇ ਨਾਲ ਬਾਹਰਲੇ ਸਾਡਾ ਲਿੰਕ ਹਮੇਸ਼ਾ ਆਉਣ ਵਾਲੀ ਜਨਰੇਸ਼ਨ ਤੱਕ ਰਹੇ। ਬਚਪਨ ਪੰਜਾਬ ਵਿੱਚ ਮਿਲਿਆ ਅਤੇ ਜਵਾਨੀ ਕੈਨੇਡਾ ਵਿੱਚ, ਅਤੇ ਜਿਹੜਾ ਸਿੱਖਿਆ ਹੈਗਾ ਕੈਨੇਡਾ ਵਿੱਚ ਰਹਿ ਕੇ ਵੀ ਜਿਹੜੀ ਇਹ ਤੁਸੀਂ ਜੇ ਸਾਡੇ ਪੰਜਾਬੀ ਜਿਹੜੇ ਆ ਜੋ ਅਸੀਂ ਸਿੱਖਿਆ ਉੱਥੇ ਉਹੀ ਕੰਮ ਜਿਹੜਾ ਉੱਥੇ ਕਰਦੇ ਆ ਇੱਥੇ ਕਰਨ ਲੱਗ ਪੈਣ, ਪੰਜਾਬੀ ਪੰਜਾਬ ਵੀ ਇੱਕ ਸੋਨੇ ਚਿੜੀ ਬਣ ਸਕਦਾ। ਮੇਰਾ ਇੱਕ ਸੁਪਨਾ ਪੰਜਾਬ ਦੇ ਵਿੱਚ ਹੈਗਾ ਜਿਹੜਾ ਮੈਂ ਆਪਣੇ ਪਿੰਡ ਨੂੰ ਇੱਕ ਐਜ਼ ਏ ਮਾਡਲ ਟਾਊਨ ਬਣਾਉਣਾ, 1 ਕਰੋੜ ਰੁਪਈਆ ਜਿਹੜਾ ਮੈਂ ਇਹ ਪਿੰਡ ਦੇ ਵਿੱਚ ਡਿਵੈਲਪਮੈਂਟ ਲਈ ਆਪਣੇ ਉਹਦੀ ਜਗ੍ਹਾ ਬਣਾਈ ਆ ਨਿਆਣਿਆਂ ਦੇ ਖੇਡਣ ਲਈ ਜਾਂ ਬਜ਼ੁਰਗਾਂ ਦੇ ਲਈ, ਉਹ ਪਲੱਸ ਜਿਹੜੀ ਹੈਗੀ ਉਹਦੇ ਵਿੱਚ 1 ਕਰੋੜ ਦੀ ਜ਼ਮੀਨ ਆ, 2 ਕਰੋੜ ਦਾ ਪ੍ਰੋਜੈਕਟ ਆ ਉਹ ਪਿੰਡ ਵਾਸਤੇ ਆ ਮੇਰਾ, ਅਤੇ ਨਾਲ ਦੀ ਨਾਲ ਮੈਂ ਜਿਹੜੀ ਹੋਰ ਜਿੱਦਾਂ ਲਾਈਟਸ ਹੈਗੀਆਂ ਅੰਡਰਗਰਾਊਂਡ ਸਰਵਿਸ ਸੈਪਟਿਕ ਜਿਹੜੀ ਸਾਡੇ ਪੰਜਾਬ ਦੇ ਵਿੱਚ, ਪੰਜਾਬ ਕੀ ਹਿੰਦੁਸਤਾਨ ਦੇ ਵਿੱਚ ਜਿਹੜੀ ਹੈਗੀ ਸਾਡੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਸਾਡਾ ਇਹ ਸਾਡਾ ਜਿਹੜਾ ਵੇਸਟ ਜਿਹੜੀ ਹੈਗੀ ਸਾਡੀ ਇਹ ਉਹਨੂੰ ਕੰਟਰੋਲ ਕਰਨਾ, ਇਹ ਮੇਰਾ ਮੈਂ ਆਪਣੇ ਪਿੰਡ ਤੋਂ ਸ਼ੁਰੂ ਕਰਨੀ ਚਾਹੁੰਦਾ। ਸੰਤੋਖ ਸਿੰਘ ਢੇਸੀ ਵੱਲੋਂ ਕਬੱਡੀ ਦੀ ਪ੍ਰਫੁੱਲਤਾ ਲਈ ਕੀਤੇ ਗਏ ਉਪਰਾਲਿਆਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਇਹ ਯਤਨ ਜਿੱਥੇ ਹੋਰਨਾਂ ਪ੍ਰਵਾਸੀਆਂ ਨੂੰ ਕਬੱਡੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪ੍ਰੇਰਿਤ ਕਰਦੇ ਨੇ, ਉੱਥੇ ਨਸ਼ੇ 'ਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ 'ਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਚੰਡੀਗੜ੍ਹ ਤੋਂ ਸਪਨ ਮੰਜਾਂਤਾ ਦੇ ਨਾਲ ਸੁਰਿੰਦਰ ਸਿੰਘ, ਡੀਐਨ ਨਾਈਟ ਨਿਊਜ਼। ਤੇ ਹੁਣ ਇੱਕ ਨਜ਼ਰ ਵਰਲਡ ਵੈਦਰ ਫੋਰਕਾਸਟ ਤੇ। ਨਿਊਯਾਰਕ ਵਿਚ ਆਉਣ ਵਾਲੇ ਹਫ਼ਤੇ ਦੌਰਾਨ ਕੁਝ ਦਿਨ ਬੱਦਲ ਛਾਏ ਰਹਿਣ ਦੀ ਉਮੀਦ ਹੈ ਅਤੇ ਕੁਝ ਦਿਨ ਬਾਰਿਸ਼ ਐਕਸਪੈਕਟ ਕੀਤੀ ਜਾ ਰਹੀ ਹੈ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 8 ਐਂਡ 24 ਡਿਗਰੀ ਸੈਲਸੀਅਸ। ਟੋਰਾਂਟੋ ਵਿਚ ਆਉਣ ਵਾਲੇ ਹਫ਼ਤੇ ਬਾਰਿਸ਼ ਪ੍ਰਿਡਿਕਟ ਕੀਤੀ ਜਾ ਰਹੀ ਹੈ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 4 ਐਂਡ 19 ਡਿਗਰੀ ਸੈਲਸੀਅਸ। ਵੈਨਕੂਵਰ ਵਿਚ ਆਉਣ ਵਾਲੇ ਹਫ਼ਤੇ ਬਾਰਿਸ਼ ਪ੍ਰਿਡਿਕਟ ਕੀਤੀ ਜਾ ਰਹੀ ਹੈ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 7 ਐਂਡ 14 ਡਿਗਰੀ ਸੈਲਸੀਅਸ।
London vich te pure hafte barish expect kiti ja rahi hai and the temperature is expected to range between 2 and 13 degrees Celsius. Sydney, Australia vich aun wale hafte dauran badal suraj naal akh micholi khidde nazar aange ate kuch din barish hon di vi umeed kiti ja rahi hai. And the temperature is expected to range between 15 and 24 degrees Celsius. With that, it's a wrap on this edition of Home Abroad. For feedback and suggestions, you can write to us at editor@daynightnews.com or call us at 0172-504-3747. You can also SMS us at 981-560-6061. For latest news and updates, keep watching Day and Night News. Thanks for watching.